ਤਰਨ ਤਾਰਨ ਸ਼ਹਿਰ ਦੀ ਸਮਰਾਟ ਸਿਟੀ ਕਲੋਨੀ ਵਿੱਚ ਬੀਤੀ ਰਾਤ ਘਰ ਵਿੱਚ ਵੜ ਕੇ ਔਰਤ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰੀਆਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ। ਮੌਕੇ ਤੇ ਹੋਈ ਔਰਤ ਦੀ ਮੌਤ ਸੰਬੰਧੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਲਵਿੰਦਰ ਕੌਰ ਜੋ ਆਪਣੇ ਘਰ ਵਿੱਚ ਇਕੱਲੀ ਸੀ ਤਾਂ ਅਚਾਨਕ ਕੁਝ ਵਿਅਕਤੀ ਆ ਕੇ ਕੁਲਵਿੰਦਰ ਕੌਰ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਨੇ ਕੁਝ ਆਪਣੇ ਹੀ ਰਿਸ਼ਤੇਦਾਰਾਂ ਉੱਤੇ ਦੋਸ਼ ਲਗਾਏ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਕਤਲ ਪ੍ਰਾਪਰਟੀ ਦੇ ਕਾਰਨ ਕੀਤਾ ਗਿਆ ਹੈ। ਮੌਕੇ ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਨੂੰ ਫਤਿਹਾਬਾਦ ਦੀ ਵਿਸ਼ੇਸ਼ ਰਿਪੋਰਟ। ਲੈ ਕੇ ਗਿਆ ਇਹ ਕਹਿੰਦਾ ਸ਼ਹਿਨਾ ਤੂੰ ਕਦੋਂ ਆਉਣਾ ਦੇਣ। ਉਹ ਆਂਦਾ ਮਾਸੀ ਹਜੇ ਮੇਰਾ ਟਾਈਮ ਨਹੀਂ ਆ, ਮੈਂ ਵਿਆਹਾਂ ਤੇ ਵਿਅਸਤ ਆ ਤੇ ਮੇਰਾ ਜਦੋਂ ਟਾਈਮ ਲੱਗਾ ਤੇ ਮੈਂ ਉਦੋਂ ਲੈ ਜੂੰਗਾ। ਤੇ ਉਹਦਾ ਟਾਈਮ ਲੱਗਾ, ਉਹ ਪਹਿਲਾਂ ਪ੍ਰੀ ਪਲੈਨਿੰਗ ਕਰ ਰਿਹਾ ਸੀ ਮਾਰਨ ਦੀ। ਸਿਰਫ ਬੂਆ ਖੋਲਦਿਆ ਸਰ, ਦੋਸਤੇ ਖਾਂਦਿਆ ਸਰ, ਉਹਨੇ ਗੋਲੀਆਂ ਚਲਾਈਆਂ ਤੇ ਉਹਨੇ ਮਾਰਤਾ। ਤੇ ਹੁਣ ਸਾਰੀ ਸ਼ਹਿਨਾ ਚੰਗਾ ਰਹਿੰਦਾ ਨਾ, ਸਕੂਲੇ ਪੜ੍ਹਦਾ ਤੇ ਬਾਹਰ ਜਾਂਦਾ, ਕੈਨੇਡਾ ਦੀ ਲਾਈਫ ਸੈੱਟ ਕਰਦਾ, ਹੁਣ ਸਾਰੀ ਉਮਰ ਜੇਲ੍ਹ 'ਚ ਸੜੇਗਾ। ਤੇ ਇੱਕ ਤੈਨੂੰ ਸਿਰਫ ਇਹ ਤੇਰਾ ਗਮ ਸਾਥ ਤੇਰੇ ਦਿਲ 'ਚ ਰਹੂਗਾ ਕਿ ਤੂੰ ਆਪਦੀ ਮਾਸੀ ਨੂੰ ਮਾਰਿਆ। ਕੀ ਵਿਗਾੜਿਆ ਇਹ ਤੇਰਾ, ਤੈਨੂੰ ਨਿੱਕੇ ਹੁੰਦੇ ਨੂੰ ਪਾਲਿਆ ਹੀ ਮੇਰੇ ਵਾਂਗੂ, ਤੂੰ ਕੀ ਗੁਣ ਖਿਲਾਏ। गुरद्वारा मलकपुर की बैक साइड के कलोनी में किसी औरत ने गोलियां मार के कतल कर दिता। तो इनफॉरमेशन रिसीव होंदे ही मैं समेत एस एच ओ समेत फोर्स मौके पर आए हैं। मौके पर आने के आई विटनैस के गवाह जिहड़े ने उन्हां दी स्टेटमेंट रिकॉर्ड की है। स्टेटमेंट रिकॉर्ड करके ये 302 IPC का परचा दिता जा रहा है। परचा दर्ज करके जिहड़ा भी इस दोषी पाया गया ਉਹਨੂੰ ਗ੍ਰਿਫਤਾਰ ਕਰਕੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ। ਸਰ ਇਹਨਾਂ ਦੇ ਦੱਸਣ ਮੁਤਾਬਕ ਵੀ ਪ੍ਰਾਪਰਟੀ ਦਾ ਵਿਵਾਦ ਚੱਲ ਰਿਹਾ, ਕੋਈ ਇਹੋ ਹੀ ਕਾਰਨ ਹੋ ਸਕਦਾ? ਹਾਂਜੀ ਉਹਨਾਂ ਨੇ ਨਹੀਂ, ਇਹਦੀ ਤਫਤੀਸ਼ ਕਰਾਂਗੇ। ਇਹ ਟੂ ਅਰਲੀ ਟੂ ਸੇ ਐਨੀਥਿੰਗ ਕਰਾਂਗੇ। ਤਫਤੀਸ਼ ਕਰਕੇ ਫਿਰ ਆਪਾਂ ਫਾਈਨਲ ਦੱਸ ਸਕਦੇ ਹਾਂ। ਇਨੀਸ਼ੀਅਲ ਤੇ ਮਰਡਰ ਹੋਇਆ, ਇਹਦਾ ਕਤਲ ਦਾ ਪਰਚਾ ਦਰਜ ਕੀਤਾ ਜਾ ਰਿਹਾ ਤੇ ਤਫਤੀਸ਼ ਕੀਤੀ ਜਾ ਰਹੀ ਕਰ ਰਹੇ ਹਾਂ ਜੀ। ਮਲਾਇਆ ਕਰ ਰਹੇ, ਮਲਾਇਆ ਕਰਕੇ ਫਿਰ ਮੁਕੰਮਲ ਜਾਣਕਾਰੀ ਬਾਅਦ ਚ ਦਵਾਂਗੇ ਜੀ। ਇਹ ਹੈਗੀ ਆ ਲੋਕੇਸ਼ਨ, ਹੈਗਾ ਸਮਰਾਟ ਸਿਟੀ ਨੂੰ ਜਾਂਦੀ ਆ ਜਿਹੜੀ ਇਹ ਸੜਕ, ਉਹ ਇਹ ਪੰਡੋਰੀ ਗੋਲੇ ਦਾ ਜਿਹੜਾ ਇਹ ਹੈਗਾ ਹਿੱਸਾ ਤੇ ਮਲਕ ਗੁਰਦੁਆਰੇ ਦੇ ਪਿਛਲੇ ਬੰਨੇ ਦੀ ਜਗ੍ਹਾ। ਮੈਂ 2019 'ਚ ਇਸ ਬੱਚੀ ਨੂੰ ਮੈਂ ਅਡੋਪਟ ਕੀਤਾ, ਇਹਦੇ ਮਾਂ ਪਿਓ ਸਾਰੇ ਡੈਥ ਹੋ ਚੁੱਕੀ ਆ, ਦਾਦਾ ਦਾਦੀ ਵੀ ਸਾਰੇ। ਤੇ ਇਸ ਕੁੜੀ ਨੂੰ 2-3 ਸਾਲ ਦੀ, ਜਦੋਂ ਇਹਦਾ ਫਾਦਰ ਮਰ ਗਿਆ, ਫਿਰ ਦਾਦਾ ਮਰ ਗਿਆ, ਦਾਦੀ ਮਰ ਗਈ, ਇਹਨੇ ਹੀ ਪੜ੍ਹਾਇਆ ਲਿਖਾਇਆ। ਅਤੇ ਇਹਨੂੰ ਮੁੜ ਕੇ 2019 'ਚ ਮੇਰੇ ਕੋਲ ਨਾ ਇੱਦਾਂ ਕਿਰਾਏ 'ਤੇ ਆਏ ਸੀਗੇ। ਕਾਰਨ ਇਹ ਸੀ ਕਿ ਇਹਨਾਂ ਦਾ ਜਿਹੜਾ ਹੈਗਾ ਆ ਨਜਾਇਜ਼ ਇਹਨਾਂ ਦੇ ਉੱਤੇ ਕਤਲ ਪੈ ਗਿਆ ਸੀ। ਘਰ ਚੋਰ ਚੋਰੀ ਕਰਨ ਆਏ 12-1 ਵਜੇ, ਅਤੇ 12-1 ਵਜੇ ਹੀ ਆ ਕੇ ਮੁੜ ਕੇ ਉੱਥੋਂ ਦੇ ਪਿੰਡਿਆਂ ਨੇ ਸਾਰੇ ਫੜ ਲਏ। ਅਤੇ ਇੱਕ ਜਾਣਾ ਦੂਜੇ ਨੂੰ ਮਾਰ ਕੇ ਅਤੇ ਭੱਜ ਗਿਆ, ਨਿਹੰਗ ਸਿੰਘ ਦੇ ਬਾਣੇ ਸੀਗਾ ਉਹ। ਮੁੜ ਕੇ ਫਿਰ ਇਹਨਾਂ ਦੇ ਉੱਤੇ ਸਿਵ ਸੈਨਾ ਨੇ ਧਰਨਾ ਲਾ ਦਿੱਤਾ ਸੀ, ਇਹਨਾਂ ਨੂੰ ਤਾਂ ਫੜਾਤੇ ਸੀ ਮੌਕੇ 'ਤੇ, ਉਹਨਾਂ 'ਤੇ ਵੀ ਇਹਦੇ ਦੇ ਕੁੜੀ 'ਤੇ ਵੀ ਪਰਚਾ ਦਰਜ ਕਰਤਾ ਸੀਗਾ। ਅਤੇ ਉਹਦਾ ਅਜੇ ਕੇਸ ਚੱਲ ਡਿਆ ਉੱਥੇ ਕੋਰਟ ਦੇ ਵਿੱਚ। ਜੇਲ੍ਹ 'ਚ ਕਿੰਨਾ ਚਿਰ ਰਹਿ ਗਿਆ? 3 ਮਹੀਨੇ ਜਮਾਨਤ ਮੁੜ ਕੇ ਲਈ ਨਾ, ਜਮਾਨਤ ਮੁੜ ਕੇ ਉਹ ਮੇਰੇ ਕੋਲ ਆ ਗਏ ਇੱਥੇ। ਇੱਥੇ ਆ ਕੇ ਮੇਰੀ ਵਾਈਫ ਅਤੇ ਸਾਰੇ ਉਹਨੂੰ ਬੱਚਿਆਂ ਦੀ ਤਰ੍ਹਾਂ ਪਾਲਦੇ, ਕਿਉਂਕਿ ਹੋਰ ਤਾਂ ਕੋਈ ਹੈ ਨਹੀਂ ਸੀ, ਜਿਹੜਾ ਕੋਈ ਰਿਸ਼ਤੇਦਾਰ ਛੱਡ ਕੇ ਗਿਆ ਸੀ ਇੱਥੇ, ਠੀਕ ਨਹੀਂ। ਉਹ ਤੋਂ ਬਾਅਦ ਕਰੋਨਾ ਹੋ ਗਿਆ, ਉਹ ਸਾਰਾ ਕੁਛ ਬੱਚਿਆਂ ਦਾ ਅਸੀਂ ਆਣ ਕੇ ਜਿਹੜਾ ਕੀਤਾ। ਇਸ ਕੁੜੀ ਨੂੰ ਮੁੜ ਕੇ ਫਿਰ ਮੈਂ ਜਾ ਕੇ ਅਤੇ ਇਹਦੇ ਨਾਂ 'ਤੇ ਪਲਾਟ ਲਾ ਕੇ ਦਿੱਤਾ ਵੀ ਤੂੰ ਆਣ ਕੇ ਅਤੇ ਬਾਕੀ ਬੱਚਿਆਂ ਵਾਂਗੂ ਰਹਿ। ਦੂਜੀ ਦੀ ਫਾਈਲ ਲਾਈ ਸੀ ਕਨੇਡਾ, ਅਤੇ ਕਨੇਡਾ ਲਾਈ ਸੀ ਵੀ ਚਲੋ ਜਿੱਦਾਂ ਆਪਣੇ ਬੱਚੇ ਆ ਅਤੇ ਸਾਰੀ ਮਾਨਵ ਜਾਤੀ ਇੱਕੋ ਜਿਹੀ ਆ। ਉਹ ਫਿਰ 2 ਸਾਲ ਲੱਗਦਾ ਰਿਹਾ ਅਤੇ ਹੁਣ ਇੱਥੇ ਅਸੀਂ ਆਣ ਕੇ ਇੱਥੇ ਆਏ ਹਾਂ, ਮਤਲਬ 18 ਮਹੀਨੇ ਹੋ ਗਏ ਇੱਥੇ ਆਇਆ ਨੂੰ ਹੀ। ਵਾਰਦਾਤ ਕਿੰਨੇ ਵਜੇ ਹੋਈ ਹੈ? ਇਹ ਕੋਈ ਆਣ ਕੇ ਜਿੱਥੋਂ ਗੱਲ ਆ ਕਿ ਮੈਂ ਨਾ ਕੱਲ੍ਹ ਦਾ ਠੀਕ ਨਹੀਂ ਸੀਗਾ, ਮੈਂ ਰਿਮਾਂਡ ਨਾਲ ਨਾ ਬਾਹਰੋਂ ਆਪਣਾ ਸਕੂਟਰ ਠੀਕ ਕਰਕੇ ਇੱਥੇ ਆਇਆ ਅਤੇ ਮੇਰੇ ਇੱਕਦਮ ਦਰਦ ਬਹੁਤ ਜ਼ਿਆਦਾ ਹੋਣ ਡੀ ਸੀ, ਮੈਂ ਗੋਲੀ ਲੈ ਕੇ ਨਾ ਲੰਮਾ ਪੈ ਗਿਆ ਸੀ ਅੰਦਰ। ਉਦੋਂ ਜਦੋਂ ਆਣ ਕੇ ਤੇ ਕੁੜੀ ਕਿਤੇ ਬਾਹਰੋਂ ਆਈ ਆ, ਜਦੋਂ ਬਾਹਰ ਹੀ ਦਰਵਾਜ਼ਾ ਖੁੱਲ੍ਹਾ, ਇਹਨੇ ਵੇਖਿਆ ਇਹ ਅੰਦਰ ਆ ਗਈ ਆ। ਅੰਦਰ ਆ ਕੇ ਵੇਖਿਆ ਤਾਂ ਦੇਖੀ ਇਹਨੇ ਮੈਨੂੰ ਉਠਾਇਆ ਜਾ ਕੇ ਵੀ ਆ ਬਾਹਰ ਕੀ। ਜਦੋਂ ਮੈਂ ਵੇਖਿਆ ਖੂਨ ਨਾਲ ਲੱਤ ਪੱਤ ਹੋਏ ਸੀ, ਫਿਰ ਲੋਕ ਸਾਰੇ ਇਕੱਠੇ ਹੋ ਗਏ ਰੌਲਾ ਸਾਡਾ ਵੇਖ ਕੇ। ਗੋਲੀ ਦਵਾਈ ਤੁਸੀਂ? ਨਹੀਂ ਨਹੀਂ ਮੈਂ ਤਾਂ ਆਣ ਕੇ ਤਾਂ ਨਹੀਂ, ਮੈਨੂੰ ਕੋਈ ਚੀਜ਼ ਦਾ ਨਹੀਂ ਪਤਾ ਲੱਗਾ, ਕਿਉਂਕਿ ਮੇਰਾ ਇੰਨਾ ਜ਼ਿਆਦਾ ਬੁਰਾ ਹਾਲ ਸੀ, ਸਿਰ ਪੱਟਣ ਡਿਆ ਸੀ ਬੁਰੀ ਤਰ੍ਹਾਂ, ਠੀਕ ਹੈ ਨਾ। ਇਹ ਕੁੜੀ ਨੇ ਆ ਕੇ ਮੈਨੂੰ ਖਿਲਾਰਿਆ, ਹੈ ਨਾ, ਕੋਈ ਬੰਦਾ ਵੇਖਿਆ ਨਹੀਂ ਕੋਈ? ਨਹੀਂ ਜਦੋਂ ਮੈਂ ਇਹਨੇ ਆ ਕੇ ਠਾਇਆ ਮੈਨੂੰ ਕੁੜੀ ਨੇ, ਬਾਹਰੋਂ ਆਈ ਜਦੋਂ ਇਹ। ਅੱਛਾ, ਉਹ ਭੱਜ ਚੁੱਕੇ ਸੀ? ਹਾਂਜੀ ਉਹ ਭੱਜ ਚੁੱਕੇ ਸੀ ਉਦੋਂ ਹੀ ਕਿਤੇ ਕਰਕੇ ਆਣ ਕੇ। ਆਹ ਜਿਹੜਾ ਇੱਦਾਂ ਹੀ ਆ ਸੇਵ ਪਏ ਸੀਗੇ ਸਾਰਾ ਕੁਛ ਹੀ, ਇਹ ਮੁੜ ਕੇ ਕੁੜੀ ਇਹ ਅਸਲ ਇਹ ਆਣ ਕੇ ਪਾਲਿਆ ਵੀ ਉਸ ਮੁੰਡੇ ਨੂੰ ਇਹਨੇ ਹੀ ਆ। ਅੱਛਾ, ਜਿਹਨੇ ਕਦਰ? ਹਾਂ, ਮਤਲਬ ਇਹ 3 ਭੈਣਾਂ 'ਚੋਂ ਇੱਕ ਹੀ ਮੁੰਡਾ ਆ,
इन्हें अडोप्ट कर ली, इन्हें अडोप्ट कर ली आ मतलब जी आ भतीजी इन्हू ही पढ़ाया लिखाया तो सारा कुछ तो यह दूजे का भी है। मैं कहना चाहूँगी मैं हैगी सा निक्की, मेरे पापा मर गए ठीक है, मेरी मम्मी मैनू छड़ के चले गई, मेरी भूआ ने मैनू पालिया अज सीधा ठीक है, जो मुसीबत हंडाइया भूआ ने हंडाइया, दादा पूरा हो गया दादी पूरी हो गई ठीक है, पिंड पहला चूसले वड़ तो आ पिछों असी उत्थे मैं वड्डी हुई हाँ, मेरी भूआ भी उत्थे वड्डी हुई आ, उस तो बाद आकाशदीप सिंह उत्थे एक दो बार वारदात करन आया वा, असी आदा बचा किया, दूजी वारी उन्हें बहुत सारे मुंडे घले आपके दोस्त अंबरसर दे ठीक आ, उस तो बाद जी वारदात हुई ही वह परचा चलता पाया इन्हें ठीक आ, जोड़े मर चुके ने मेरे भूआ जी कुलविंदर कौर इतने तरन तारण चलता पाया वा, तो जोड़ा हूँ मैं जो चली सी अपने ग्राउंड ठीक आ, उस तो पहला बार दोपहर के टाइम शहनाज का फोन आया वा कि मासी मैं चलिया अंबरसर, मैं आंदा तेरे को आऊँगा ठीक आ, वह जदों आया वा आ वारदात करके गया वा, उन्होंने सारी शह आपके प्यो गुरप्रीत की जोड़ा जेल चा उर्फ गोरा मिलखा सिंह का वह मुंडा वा, उन्होंने शह बलजीत कौर की, बलजीत कौर सिर्फ की मोह करती है पैसे का कि जितों मैनू कितों पैसे आ जाए, पहला विआह कराया उन्हें गुरप्रीत ने तलाक लैके 12-15 लाख रुपया लै गई पट्टियाले घर रहन लग पी, वह मेरे दादा जी ने घर लिया सी ठीक आ, उत्थे रहन लग पी, उस तो बाद शर्मे नाल विआह कराया, शर्मे नाल दा तलाक चलता पिया कोर्ट दे विच तरन तारण दे विच, ये सिर्फ बुढ़ी पैसे की लोभी आ, सिर्फ एक पैली करके ते एक घर करके जिहदी कि पुई मेरी मेरे ना करा के गई आ पावर ऑफ अटर्नी कि कल नू अर्श मैनू कुछ हो जाए तेनू किसी ने जीवन नहीं देना, क्योंकि मैं इदा की सुभा की हैगी नहीं कि मैं लड़ा जा बहसा, तो यह सारा शह जिहड़ी आ बलजीत कौर गुरप्रीत सिंह ने शहनाज नू दित्ती आ कि तेरी मासी आ इनू मार दे तो सारा कुछ अपना हो जूगा, कि अपने अपने मूहरे कोई बैसण वाला कोई लड़न वाला नहीं होगा, क्योंकि उन्होंने पता वा कि मैं इन्ना नहीं लड़ती, मैं इन्ना नहीं बैसदी, तो मैं चाहनी हाँ मीडिया के मूहरे हाथ जोड़ के कि इंसाफ दिता जाए, क्योंकि एक मौत हो चुकी आ, मैं नहीं चाहती कोई होर मेरी मौत हो, कल मान लो हूँ मैं केस लड़ती हाँ कोर्ट जानी हाँ, वह मैनू भी बंदे पवा सकते हैं, मैनू भी मार सकते हैं, क्योंकि सारा कुछ तो मेरे नाल लग गया, आपदे नाल लवाना चाहते सी पर उन्होंने ये नहीं ना पता कि ऑलरेडी मेरे ना वा सारा कुछ, तो मेरी भूआ की जिंदगी लैके की मिलिया, तो मैनू शक आकाशदीप दे भी आ, क्योंकि वह हैगा एक नंबर का नशेड़ी बंदा, दो वारी साढ़े घर पहला ऑलरेडी आ चुका वा, मारन की पहला तो बहुत टाइम तो प्लैनिंग चलती पई सी, पर मेरी भूआ बेचारी उर्फ सिकंदर पट्टी रहिंदा मुंडा उहदी आई टी आई दे लागे उहनां दा घर आ, शाम दोपहर नूं फोन आया सी कि मासी मैं चलिया अंबरसर, आउण लग्गिया मैं आउंदा वा तुहानूं मिल के जांदा वा, तो मैं स्टेडियम गई हुई सी, क्योंकि रोज की मेरी रूटीन है मैं स्टेडियम जानी हाँ, मैं रोज टीटी मारती हाँ आके कि बुआ खोलू कुलविंदर कौर है ना, मैं वेख्या बुआ खुला पहला, मैं अंदर रही हाँ मैं वेख्या इदा पे आ, पापा अंदर सुते क्योंकि वो ठीक नहीं है ना, मैं बुआ खोलिया पापा कहिंदे नूं की हो गया, उन्हें जदों सारे गुआढ कट्टे हो गए साडे सर आए ते इन्हां नाल हुण साडी हजे गल चल रही है, बाकी जिहड़ा मेरा पूरा शक आ ओह हैगा गुरशहनाज ते, क्योंकि कुलविंदर कौर दी जिहड़ी पैली सी पिंड वाला घर ही ओह सारा हैगा मेरे नां ते, मैनू भी मारना ही हजे कि मैं घरे नहीं हाँ, मैं चंगे वेले बच गई इह चीज़ दा इंसाफ लैण लई, पर मैं इह वो मंग करदी तुहाडे तों कि इह जरूर इस चीज ते गौर फरमाया जावे ते मैनू इंसाफ दिता जावे, ते बलजीत कौर गुरप्रीत सिंह जिहड़ा उर्फ गोरा गैंगस्टर बणिया फिरदा ना तेन तो रब ही सजा दऊगा, प्यो मर गया ना तेरी मां मर गई तेरा सारा टब्बर मरूगा, तू साडे टब्बर नूं चाड़िया, मैं विगाड़िया कि किसे दा, मैं 4 साल दी सी, मेरा पापे मर गया, मेरा डैड मर गए, उस तों बाद मेरे मम्मा मैनूं छड के चले गए ठीक आ, मेरा दादा मर गया, मेरी दादी मर गई, मेरी भूआ ने पा लिया, अज सीधा जो कष्ट सी मेरी भूआ ने चले, ओह वी गल इना च मौत मेरे सिर आई ते मेरी भूआ ने ले ली ना, की विगाड़िया मेरी भूआ ने, बलजीत कौर तेरा गुरशहनाज तेरा गोरिया तेरा सिर्फ एक घर करके एक पैली का टुकड़ा करके वैहे कह दिता शर्मिंदिया, अं तेन वैहे दे दें दे। समझ गए कि तू नांगा, तू हैगा ही नांगा, तू जमया भी नांगा, तू मरना भी नांगी आ, ये प्रॉपर्टी दा करके ही होया, ये प्रॉपर्टी करके है सर, मैं घरे हुंदी ना मैनू भी वजनी सी एदा ही गोली ठीक, ਇਹਦੇ ਵਿੱਚ ਕਾਸ਼ ਦਾ ਵੀ ਹੱਥ ਆ, ਕਾਸ਼ ਦਾ ਹੱਥ ਹੋ ਸਕਦਾ ਭਲਾ ਕਿਉਂ, ਕਿਉਂਕਿ ਦੋ ਵਾਰੀ ਸਾਡੇ ਘਰੇ ਆਇਆ ਵਾਰਦਾਤ ਕਰਨ, ਪਿੰਡ ਵਾਲੇ ਪਿੰਡ ਚੂਸਲੇ ਵੜ, ਇੱਕ ਵਾਰੀ ਉਹ ਆਇਆ ਮੋਟਰਸਾਈਕਲ ਚੋਰੀ ਕਰਨ, ਉਦੋਂ ਉਹ ਚਲੇ ਗਿਆ ਕਿਉਂਕਿ ਉਹ ਫੜਿਆ ਗਿਆ, ਸਾਨੂੰ ਪਤਾ ਲੱਗ ਗਿਆ ਕਿ ਉਹ ਕਾਸ਼ ਆ, ਸੈਕਿੰਡ ਟਾਈਮ ਉਹਨੇ ਆਪਦੇ ਯਾਰਾਂ ਦੋਸਤਾਂ ਨੂੰ ਘਲਾਇਆ, ਸਾਰੇ ਜੋ ਸੀ ਅੰਬਰਸਰ ਦੇ ਠੀਕ ਆ, ਉਹਨਾਂ ਦੇ ਵਿੱਚੋਂ ਇੱਕ ਦੀ ਹੋ ਗਈ ਮੌਤ, ਉਹਨਾਂ ਦਾ ਇਹਨਾਂ ਤੇ ਕੇਸ ਚੱਲਦਾ ਪਿਆ ਸੀ ਠੀਕ ਆ, ਇਹ ਪ੍ਰਤਾਪਪੁਰ ਜੇਲ੍ਹ ਵੀ ਰਹਿ ਕੇ ਆਏ ਆ, 3 ਮਹੀਨੇ ਲਾ ਕੇ ਆਏ ਉੱਥੇ, ਆਪਣੇ ਤਰਨ ਤਾਰਨ ਕੋਰਟ ਕੇਸ ਚੱਲ ਰਿਹਾ ਕੋਰਟ ਦੇ ਵਿੱਚ,
ਹੁਣ ਮੇਰੇ ਸਾਰੇ ਮੀਡੀਆ ਨੂੰ ਇਹੋ ਦਰਖਾਸਤ ਆ ਕਿ ਮੈਨੂੰ ਇਨਸਾਫ਼ ਮਿਲੇ, ਕਿਉਂਕਿ ਜਿਹੜੀ ਇੱਕ ਜਾਨ ਆਪਾਂ ਜੰਮਦੇ ਹਾਂ, ਆਪਾਂ ਨਿੱਕੇ ਹੁੰਦੇ, ਆਪਾਂ ਵੱਡੇ ਹੁੰਦੇ ਹਾਂ, ਉਸ ਤੋਂ ਬਾਅਦ ਮਰਨਾ, ਸਾਰਿਆਂ ਨੇ ਮਰਨਾ, ਬਲਜੀਤ ਕੌਰ ਤੂੰ ਵੀ ਮਰਨਾ, ਸ਼ਹਿਨਾਜ਼ ਤੂੰ ਵੀ ਮਰਨਾ, ਤੇ ਗੋਰਿਆ ਤੂੰ ਇੱਥੇ ਜਿੰਦਾ ਨੀ ਰਹਿਣਾ ਕਿ ਤੂੰ ਸਾਰੀ ਐ ਹੜੱਪ ਲਏਗਾ, ਪੈਲੀ ਹੜੱਪੀ ਤੇ ਤੂੰ ਹਜੇ ਵੀ ਨੀ ਜਾਣੀ, ਤੇ ਹੁਣ ਤੁਸੀਂ ਆਪਦੀ ਖੈਰ ਮਨਾਇਓ ਤਿੰਨੇ ਜਾਣੇ।